लकी लकी उठ यार, पग दी पूनी करा दे। यार तेन पता नहीं मैं सुता यार, एक कम नू कह दे एक कम। एकम यार तू करा दे पग दी पूनी। और मैं नहीं यार अनमोला, गुंडे नाल बन के कर ले। अनमोल मैं करावा। कोई नहीं, पेपर भी नेड़े ही आ रहे हैं, नोट्स भी कुंडे तो बनवा लियो फिर। ले 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 खिच के रख खिच के। रंग बहुत सोहना कढ़िया अनमोल भाई ने। अज ते मैं ना जिंदगी बनानी जिंदगी। और देखी टॉर सरदार दा जचा दो पूरा। खिच पड़ा जा। ओ तुसी पग ना पाड़ दियो। तू आप दे लीड़े ना मेथों पड़वा ली। तू सारा लीड़े पड़न नु कुत्ती है। कम कर अपना, ये दसूगा पग दी पूनी किदां करी दी। खिच यार तू पग नु चल। की बड़ा कमाल दा सवेरे उठदा सार पहला आपा एहो कम करया कर। मैं कहना सारे कम यार रूप। हां अनमोल ओदां दा बड़ा सीरियस टाइप जेदा बंदा, पड़ाकू भी पूरा, पर आ बाह ते टैटू बॉडी शॉडी ये चक्कर की है। ओ बना लिया हो यार इन्हें मेले मूले चो। छड तू कानू टेंशन लेना। ओ बहुत है चल 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 बढ़िया लगती है यार मेरा वीर। डाबी लाओ। लाओ वीर जी ताड़ी पग दी पुनी बिल्कुल रेडी है, नवी ब्याही अंग। क्यों है रिश्ते में चुड़ा रिश्तेदार होता है। बिल्कुल मैं ना असी असी पूनियां करते रहेंगे ताड़ी पग। वीर जी कोई आलस नहीं, होर की सेवा दसो। ओ यार अपना अमली नहीं दिख रहा कितने, देखियो कितने मर मुर तो नहीं गया। तू यहाँ फड़ो असी अमली देख रहे हैं। देख के होने यार। फड़ो 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 चल लक्की। एक तो साला पेपर ने तू दूजा तो पूनिया ने बाबे तंग की कीता होगा यार। ते तीजा तू। मैं नाले मैनू पेपर की कोई चिंता नहीं हैगी, मैं तो कनेडा निकल जाना। कनेडा निकल जाना उड़ा जड़ा आता अंग्रेजी का। तो मैं कहना बाहर जाके डीसी की कुर्सी सामभनी है, रगड़ ने तो भांडे ही आ, नाले उड़ा जड़ा पंजाबी हों, अंग्रेजी ए बी सी हों। तेनू क्या पता वे। ਉਹ ਮੈਨੂੰ ਯਾਰ ਯੂ ਡਿਕਸ਼ਨਰੀ ਨੇ ਦੱਸਿਆ, ਉਹ ਜੰਤਰ ਜਿਹਾ ਨਹੀਂ ਆਇਆ ਨਵਾਂ ਐਪ ਹੁੰਦਾ ਯਾਰ। ਹਾਂ ਯਾਰ ਉਹੀ, ਉਹਦੇ 'ਚ ਤੂੰ ਯੂ ਡਿਕਸ਼ਨਰੀ ਦਾ ਐਪ ਜਿਹੜਾ ਉਸ 'ਚ ਜੋ ਮਰਜ਼ੀ ਭਰ ਪੰਜਾਬੀ 'ਚ, ਅਗਲੀ ਅੰਗਰੇਜ਼ੀ ਠਾ ਕਰਕੇ ਬਾਹਰ ਕੱਢਦੀ ਹੈ। ਅਤੇ ਤੂੰ ਥਾੜੇ ਨਾਲ ਗੱਪ ਮਾਰਦੀ ਸਾਲਿਆ, ਹੋ ਸਕਦਾ ਕਦੇ। ਉਹ ਯਾਰ ਸੱਚੀ ਦੱਸਦਾ ਮੈਂ। ਲੈ ਦਿਖਾ ਨਸ਼ੇੜੀ ਨੂੰ ਲੱਭਣ ਚੱਲੇ ਆ, ਨਸ਼ੇੜੀ ਕਿੱਥੇ ਆ। ਆ ਲੈ ਯਾਰ ਖੋਲ ਹੁਣੇ ਫਟਾਫਟ ਯੂ ਡਿਕਸ਼ਨਰੀ ਖੋਲ, ਨਸ਼ੇੜੀ ਕਿੱਥੇ ਆ। ਲੈ ਮੈਂ ਪੰਜਾਬੀ 'ਚ ਭਰਤਾ, ਅੰਗਰੇਜ਼ੀ 'ਚ ਆ ਪੜ੍ਹ ਲਾ ਹੁਣ। ਪੜ੍ਹ ਵੀ ਜਾ, ਪੜ੍ਹ ਲਾ। ਵੀਰ ਇਜ਼ ਡਰੱਗ ਅਡਿਕਟ। ਉਹ ਕੀ ਬਾਤ ਆ ਬਾਬੀ ਦਾ ਜਾਦੂ ਹੋ ਗਿਆ। ਬਣੀ ਗੱਲ ਕਿ ਨਾ ਯਾਰ, ਮੈਨੂੰ ਆਪ ਜਸ ਨੇ ਕੱਲ੍ਹ ਇੰਸਟਾਲ ਕਰਾਈ ਹੈ। ਚੱਲ ਛੱਡਣਾ, ਲੈਟਸ ਗੋ ਐਂਡ ਫਾਈਂਡ ਡਰੱਗ ਅਡਿਕਟ। ਜਾਇਓ ਡਿਕਸ਼ਨਰੀ, ਚਲੋ ਚੱਲ ਆ ਜਾ। ਯਾਰ ਮੈਂ ਕਹਿੰਦਾ ਅਸਾਈਨਮੈਂਟ ਤਾਂ ਨਹੀਂ ਬਣਾਈ ਤੂੰ? ਯਾਰ ਮੈਂ ਅਸਾਈਨਮੈਂਟ ਬਣਾਉਂਗਾ, ਵਿਹਲੇ ਬਣਾਉਂਦੇ ਹੋ ਨਾ। ਹਾਂ ਯਾਰ ਤੂੰ ਤਾਂ ਬਿਜ਼ੀ ਬਹੁਤ ਰਹਿਣਾ। ਉਹ ਯਾਰ ਇਹ ਤਾਂ ਇੱਥੇ ਵੀ ਨਹੀਂ ਹੈਗਾ। ਦੇਖੀ ਕਿਤੇ ਡਿੱਗ ਡੁੱਗ ਤਾਂ ਨਹੀਂ ਗਿਆ ਸਾਲਾ। ਪਤਾ ਨਹੀਂ ਯਾਰ ਮੈਨੂੰ ਆ ਸੀ ਕੀ ਹੋਇਆ। ਓਏ ਲਾਲੀ, ਓਏ ਓਏ ਲਾਲੀ, ਉਰੇ ਕੀ ਕਰੀ ਜਾਂਦਾ ਤੁਸੀਂ? ਚਲੋ ਚਲੋ ਮੈਂ ਆਉਣਾ। ਲੈ ਚੱਲ ਆ ਜੀ ਟਾਈਮ ਨਾਲ, ਇੱਥੇ ਨਾ ਖੜਾ ਰਵੀ ਹੁਣ। ਹਾਂ ਹਾਂ ਕੋਈ ਨਾ ਚਲੋ। ਕੀ ਕੰਮ ਪੈ ਗਿਆ? ਉਹ ਚੱਲ ਆ ਜੀ। ਡਿਗਰੀ ਪਰ ਡਿਗਰੀ ਨੇ ਦਿੱਤੇ ਸਾਨੂੰ।
ਕੀ ਹਾਲ ਆ ਵੀਰੇ? ਠੀਕ ਠਾਕ ਹੋਰ ਬਾਬੇ? ਤੁਹਾਡੀ ਆਵਾਜ਼ ਰੋਮਾਂਟਿਕ ਸੌਂਗਸ ਨੂੰ ਬਹੁਤ ਸੂਟ ਕਰਦੀ ਆ। ਅੱਛਾ, ਤੁਹਾਨੂੰ ਚੰਗਾ ਲੱਗਿਆ? ਜੀ ਜੀ ਵਧੀਆ। ਹੋ ਗਏ ਨੇ ਡਰਾਈਵਰ? ਨਹੀਂ ਆਇਆ ਤਾਂ ਬਾਜਾ ਹੁਣ। ਥੈਂਕ ਯੂ ਬਾਬੇ, ਥੈਂਕ ਯੂ ਭਈਆ। ਕੀ ਖੂਬੇ ਉੱਤੋਂ ਮਰਦੀ ਜ਼ਿੰਦਗੀ ਪਾਣੀ ਵੀ ਰਾਣੀ ਗੁੱਡ ਮਾਰਨਿੰਗ ਜੀ। ਹਾਂਜੀ, ਜਿਹਨਾਂ ਬੱਚਿਆਂ ਨੇ ਅਸਾਈਨਮੈਂਟ ਬਣਾਈ ਆ ਉਹ ਤਾਂ ਬੈਠ ਜਾਣ, ਅਤੇ ਜਿਹਨਾਂ ਨੇ ਨਹੀਂ ਬਣਾਈ ਉਹ ਕਲਾਸਰੂਮ 'ਚੋਂ ਬਾਹਰ ਚਲੇ ਜਾਣ। ਮੈਂ ਸਵੇਰੇ ਜਲਦੀ ਉੱਠ ਗਿਆ ਸੀ, ਪਰ ਆਪਾਂ ਤਾਂ ਅੱਜ ਇਕੱਠੇ ਉੱਠੇ ਸੀ। ਸੋਰੀ ਸਰ, ਸੋਰੀ। ਉਹ ਛੱਡ, ਚੱਲ ਯਾਰ ਚਾਹ ਚੁਪੀ ਗਿਆ ਉਹਨੇ। ਓਹੋ, ਤੇਰੀ ਤਾਂ ਰਹਿ ਗਈ ਚਾਹ। ਚਲੋ ਬਈ, ਸੁਣਾ ਨਹੀਂ ਤੁਹਾਨੂੰ, ਬਾਹਰ ਚਲੋ। ਐਕਸਕਿਊਜ਼ ਮੀ ਸਰ। ਡੇਜੀ ਬੇਟਾ, ਤੁਸੀਂ ਵੀ? ਸਰ ਐਕਚੁਅਲੀ ਮੈਂ ਕੱਲ ਬਿਮਾਰ ਹੋ ਗਈ ਸੀ, ਇਸ ਕਰਕੇ ਅਸਾਈਨਮੈਂਟ ਨਹੀਂ ਬਣਾ ਸਕੀ। ਚਲੋ ਫਿਰ ਐਂ ਕਰੋ, ਕੁੜੀਆਂ ਕੁੜੀਆਂ ਬੈਠ ਜਾਓ ਤੇ ਮੁੰਡੇ ਬਾਹਰ ਚਲੋ। ਚਲੋ ਬਾਹਰ। ਸਰ ਆਹ ਕੀ ਗੱਲ ਬਣੀ? ਜੇ ਕੁੜੀ ਬਿਮਾਰ ਆ ਤੇ ਇਹਦਾ ਮਤਲਬ ਸਾਰੀ ਕੁੜੀਆਂ ਨੂੰ ਬਿਠਾ ਦੋਗੇ ਤਾਂ ਸਾਰੇ ਮੁੰਡੇ ਬਾਹਰ ਕੱਢ ਦੋਗੇ? ਸਰ ਕੀ ਪਤਾ ਇਹ ਕੁੜੀ ਝੂਠ ਬੋਲਦੀ ਹੋਵੇ। ਚੱਲ ਚੁੱਪ ਕਰ ਕਾਕਾ, ਬਹਿ ਜਾ ਹੇਠਾਂ, ਬਾਲਾ ਨਹੀਂ ਬੋਲੀਦਾ। ਉਹ ਬੜੀ ਮਿਹਨਤ ਨਾਲ ਬਣਾਈ ਸੀ ਯਾਰ, ਇਹਦੇ ਪਿੱਛੇ ਤਾਂ ਮੇਰੀ ਚਾਹ ਰਹਿ ਗਈ। ਸਰ ਜੇ ਇਹ ਗੱਲ ਆ ਨਾ, ਆ ਗਈਆਂ ਅਸਾਈਨਮੈਂਟ ਦਸਵੀਂ 'ਚ, ਜੇ ਇਹ ਮੁੰਡੇ ਬਾਹਰ ਜਾਣਗੇ ਨਾ ਤੇ ਅਸੀਂ ਵੀ ਸਾਰੇ ਬਾਹਰ ਜਾਵਾਂਗੇ, ਫਿਰ ਪੜ੍ਹਾ ਲਿਓ ਇਕੱਲੀਆਂ ਕੁੜੀਆਂ ਨੂੰ। ਤੈਨੂੰ ਕਿਹਾ ਨਾ ਜਦ ਚਲੋ ਬਹਿ ਜਾਓ, ਫਿਰ ਬਹਿ ਜਾਓ, ਬਹਿ ਜਾਓ। ਕਿੱਥੇ ਸੀ ਆਪਾਂ, ਕੀ ਪੜ੍ਹ ਰਹੇ ਸੀ ਅੱਜ? ਸਰ ਅਜੇ ਤਾਂ ਤੁਸੀਂ ਕੁਛ ਪੜ੍ਹਾਉਣਾ ਸ਼ੁਰੂ ਵੀ ਨਹੀਂ ਕੀਤਾ। ਇੱਦਾਂ ਕਰਿਓ ਫਿਰ ਕੀਰਤ ਬੇਟਾ, ਤੁਸੀਂ ਸਾਰੇ ਦਿਨ ਅਟੈਂਡੈਂਸ ਦੇ ਜਾਓ ਮੈਨੂੰ, ਅਤੇ ਬਾਕੀ ਜਿਹਨੇ ਅਸਾਈਨਮੈਂਟ ਨਹੀਂ ਬਣਾਈ ਉਹ ਸਾਰੇ ਬੱਚੇ ਕੱਲ੍ਹ ਨੂੰ ਅਸਾਈਨਮੈਂਟ ਬਣਾ ਕੇ ਲੈ ਕੇ ਆਉਣ, ਕੱਲ੍ਹ ਨੂੰ ਕੋਈ ਬਹਾਨਾ ਨਹੀਂ ਚੱਲਣਾ। ਅਤੇ ਤੁਸੀਂ ਤੇਜੀ ਐਂਡ ਕੰਪਨੀ ਤਿੰਨੇ ਚਾਰੇ ਜਣੇ ਆ ਕੇ ਮੈਨੂੰ ਦਫ਼ਤਰ 'ਚ ਮਿਲਿਓ, ਅਟੈਂਡੈਂਸ ਘੱਟ ਆ ਤੁਹਾਡੀ। ਹੁਣ ਨਹੀਂ ਉਹ ਬਚਦਾ। ਕੀ ਸਰ? ਕੀ ਸਰ? ਹੁਣ ਨਹੀਂ ਤੁਸੀਂ ਬਚਦੇ, ਲੈਕਚਰ ਸ਼ੋਰਟ ਨੇ ਤੁਹਾਡੇ, ਆਪਣਾ ਬੋਰੀਆ ਬਿਸਤਰ ਬੰਨੋ, ਚੱਲਦੇ ਬਣੋ।
ਉਹ ਕੀ ਗੱਲ ਕਰ ਰਹੇ ਹੋ ਸਰ? ਅੱਗੇ ਵੀ ਤਾਂ ਰੈੱਡ ਪ੍ਰਿੰਸ ਇੰਪੋਰਟ ਐਕਸਪੋਰਟ ਕਰਕੇ ਮਸਲੇ ਹੱਲ ਕੀਤੇ ਆ। ਰੈੱਡ ਪ੍ਰਿੰਸ ਉਹ ਲਾਲ ਪਰੀ ਯਾਰ ਐਤਕੀ ਨਾ ਚਾਹੇ ਬੋਰੀ ਭਰ ਕੇ ਬਲੈਕ ਸਨੇਕ ਦੀ ਇੰਪੋਰਟ ਕਰ ਦਿਓ ਤਾਂ ਵੀ ਨਹੀਂ ਕਾਕਾ ਤੁਸੀਂ ਬਚਦੇ। ਬਾਈ ਬਲੈਕ ਸਨੇਕ ਉਹ ਕਾਲੀ ਨਾਗ ਨਹੀਂ। ਤੁਸੀਂ ਖੜੇ ਸੀ ਨਾ ਅਨਮੋਲ ਨਾਲ ਮੋਢੇ ਨਾਲ ਮੋਢਾ ਲਾ ਕੇ, ਜਾਓ ਹੁਣ ਉਹਦੇ ਕੋਲ ਕਹਿ ਦਿਓ ਉਹਨੂੰ ਜਾ ਕੇ ਬਚਾ ਲੂਗਾ ਹੁਣ ਤੁਹਾਨੂੰ। ਸਰ ਹੁਣ ਦੱਸੋ ਫਿਰ ਐਤਕੀ ਡਿਟੇਨ ਹੋਣ ਤੋਂ ਬਚਣ ਲਈ ਕਰਨਾ ਕੀ ਪਊਗਾ? ਯਾਰ ਕੁੜੀ ਕੋਈ ਪਸੰਦ ਮੈਨੂੰ ਆਈ ਨਾ, ਅੱਖ ਮੈਡਮ ਤੇ ਜਾਣ ਕੇ ਟਕਾਈ ਨਾ, ਇੱਕ ਉਹਦਾ ਹੀ ਮੈਂ ਲੈਕਚਰ ਲਾਵਾਂ ਓਏ, ਹੱਥ ਰੱਖ ਥੋਡੀ ਉੱਤੇ ਬੈਠ ਜਾਵਾਂ ਓਏ, ਆਉਂਦਾ ਆ ਸਵਾਲ ਜਾਣ ਜਾਣ ਕੇ ਮੈਂ ਖੜਾ, ਆਉਂਦਾ ਆ ਸਵਾਲ ਜਾਣ ਜਾਣ ਕੇ ਮੈਂ ਖੜਾ, ਅੱਖ ਲੜ ਗਈ ਮੈਡਮ ਨਾਲ ਦੱਸ ਮੈਂ ਕੀ ਕਰਾਂ। ਮੈਨੂੰ ਤਾਂ ਨਹੀਂ ਪਤਾ। ਨਹੀਂ ਤੈਨੂੰ ਪਤਾ ਹੈ? ਗੁਡ ਮਾਰਨਿੰਗ ਸਟੂਡੈਂਟਸ, ਹੈਵ ਅ ਸੀਟ। ਲਖਵਿੰਦਰ ਤੁਸੀਂ ਵੀ ਬੈਠ ਜਾਓ। ਆਏ ਓਏ ਮਰ ਗਿਆ ਤੇਰਾ ਲਖਵਿੰਦਰ। ਸੌਰੀ ਸਟੂਡੈਂਟਸ ਮੈਂ ਕੱਲ ਆ ਨਹੀਂ ਪਾਈ, ਮੈਂ ਥੋੜਾ ਬਿਜ਼ੀ ਸੀ। ਮੈਂ ਨਾ ਕਰਿਆ ਕਰੋ ਜੀ, ਤੁਹਾਡੇ ਕਰਕੇ ਤਾਂ ਫੀਸਾਂ ਭਰਦੇ ਆ ਜੀ। ਐਕਚੁਅਲੀ ਕੱਲ ਮੇਰੀ ਇੰਗੇਜਮੈਂਟ ਸੀ। ਕੰਗ੍ਰੈਚੁਲੇਸ਼ਨਸ ਮੈਮ। ਉਹਦੀ ਤਾਂ ਨਿਬੜ ਗਈ ਆਸ਼ ਕੀ। ਕੋਈ ਨਾ ਜੀ, ਮੈਡਮ ਤਾਂ ਬੇਗਾਨੇ ਹੀ ਹੁੰਦੀਆਂ ਨੇ ਯਾਰ। ਕੋਈ ਗੱਲ ਨਹੀਂ, ਫੀਸ ਮਾਫ਼ ਕਰਾ ਦਿਆਂਗੇ। ਉਹਦੂ ਮਾਰ ਲੱਗਦਾ ਕਹਿ ਗਿਆ ਬਾਈ। ਇਫ ਆਈ ਐਮ ਨੋਟ ਰੋਂਗ ਤਾਂ ਨਿਊ ਐਡਮਿਸ਼ਨਸ ਵੀ ਆਏ ਹੋਣਗੇ। ਹਾਂਜੀ ਬੇਟਾ, ਤੁਹਾਡਾ ਨਾਮ ਅਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਮੈਮ ਮੈਂ ਬਠਿੰਡੇ ਤੋਂ। ਉਹ ਨਹੀਂ, ਉੱਥੇ ਤਾਂ ਜੀ ਸੌਰੀ ਅਸੀਂ ਪਹਿਲਾਂ ਰਹਿੰਦੇ ਸੀ। ਸਾਇਲੈਂਸ। ਸੌਰੀ ਮੈਮ, ਅਸੀਂ ਪਹਿਲਾਂ ਬਠਿੰਡੇ ਰਹਿੰਦੇ ਸੀ ਪਰ ਹੁਣ ਮੁਕਤਸਰ ਸਾਹਿਬ ਸ਼ਿਫਟ ਹੋ ਗਏ ਹਾਂ। ਐਂਡ ਬੇਟਾ ਤੁਹਾਡੀ ਹੌਬੀ? ਇਹਦੀ ਹੌਬੀ ਸੀ। ਮੈਮ ਕੋਈ ਵੀ ਨਹੀਂ। ਓਕੇ ਬੇਟਾ, ਸਿਟ ਡਾਊਨ। ਗੁੱਸਾ ਕਰਦੀ ਸੀ। ਹਾਂਜੀ ਬੇਟਾ, ਤੁਹਾਡਾ ਨਾਮ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਮੈਮ ਮਾਈ ਨੇਮ ਇਜ਼ ਜਸਪ੍ਰੀਤ ਸਿੰਘ ਰੰਧਾਵਾ ਤੇ ਮੈਮ ਮੈਂ ਦਰਾਹੇ ਤੋਂ। ਆਲ ਰਾਈਟ, ਤੁਹਾਡੀਆਂ ਹੌਬੀਜ਼? ਮੈਮ ਸਿੰਗਿੰਗ। ਸਾਇਲੈਂਸ ਕਲਾਸ, ਇਹਨਾਂ ਨੂੰ ਥੋੜ੍ਹਾ ਹੋਰ ਇੰਟਰੋਡਿਊਸ ਤਾਂ ਕਰ ਲੈਣ ਦਿਓ। ਅੱਛਾ ਇਹ ਦੱਸੋ ਤੁਹਾਡਾ ਫੇਵਰੇਟ ਐਕਟਰ ਕੌਣ ਹੈ? ਮੈਮ ਜੌਨ ਅਬਰਾਹਮ। ਆਹਾਂ, ਅਤੇ ਤੁਹਾਡਾ ਫੇਵਰੇਟ ਸਿੰਗਰ, ਕੋਈ ਇੰਸਪੀਰੇਸ਼ਨ ਤੁਹਾਡੀ? ਮੈਮ ਸਿੰਗਰ ਤਾਂ ਬਹੁਤ ਪਸੰਦ ਨੇ ਪਰ ਮੈਂ ਜ਼ਿਆਦਾਤਰ ਮਿੱਕੀ ਸਿੰਘ ਅਤੇ ਜੈਸਾ ਮੈਨੂੰ ਸੁਣਦਾ। ਹਾਂਜੀ, ਤਾਰੀਫ ਤਾਂ ਬਹੁਤ ਸੁਣ ਲਈ, ਹੁਣ ਇੱਕ ਗਾਣਾ ਵੀ ਸੁਣ ਲਈਏ। ਕਿਉਂ ਸਟੂਡੈਂਟਸ, ਇੱਕ ਮਿੰਟ। ਹਾਂਜੀ ਏਕਮ ਬੇਟਾ, ਕੀ ਕੁਐਸਚਨ ਪੁੱਛਣਾ? ਮੈਥੋਂ ਪੁੱਛੋ। ਮੈਮ ਮੈਂ ਨਾ ਟੌਪਿਕ ਬੜਾ ਇੰਟਰਸਟਿੰਗ ਸੀਗਾ ਤੇ ਮੈਨੂੰ ਇੱਕ ਆਇਆ ਸੀ ਕੁਐਸਚਨ ਮਾਈਂਡ ਤੋਂ, ਮੈਂ ਪੁੱਛ ਰਿਹਾ ਸੀ ਤੁਸੀਂ। ਜਸਪ੍ਰੀਤ ਰਾਈਟ? ਹਾਂਜੀ। ਤੁਹਾਡਾ ਗਾਣਾ ਫੇਰ ਸੁਣਾਂਗੇ ਆਪਾਂ, ਤੁਸੀਂ ਬੈਠ ਜਾਓ। Question 3. All right. Sorry students, ਮੈਂ ਆਪਣੀਆਂ ਸਪੈਕਸ ਆਫਿਸ 'ਚ ਹੀ ਭੁੱਲ ਆਈ, ਮੈਂ ਹੁਣੇ ਆਈ ਲੈ ਕੇ। ਮੇਰੇ ਮੂੰਹ 'ਚੋਂ ਨਿਕਲ ਗਿਆ ਸੀ ਕੀ? ਉਸਤਾਦ, ਕੱਲ ਮੈਡਮ ਕਿੱਥੇ ਗਈ ਸੀ? ਮੈਂ ਸੁਣਿਆ ਮੈਡਮ ਦੀ ਇੰਗੇਜਮੈਂਟ ਹੋ ਗਈ ਸੀ। ਉਸਤਾਦ, ਹੁਣ ਮੈਡਮ ਕਿੱਥੇ ਹੈ?
ਓਏ ਐਨਕਾਂ ਭੁੱਲਿਆ ਹੀ ਤੀ ਉਹ ਲੈਣ ਗਈ ਤੀ ਉਹ ਤੁਸੀਂ ਹੱਟਦੇ ਨਹੀਂ ਕਿਉਂ ਤੰਗ ਕਰੀ ਜਾਂਦੇ ਆ ਵਿਚਾਰੀ ਨੂੰ ਓ ਚੁੱਪ ਕਰੋ ਤਿੱਤਰ ਖੰਭੀ ਆਈ ਆ ਉਹ ਇਹ ਤਾਂ ਉਈ ਰੋਈ ਜਾਂਦੀ ਆ ਅਸੀਂ ਕਿਹੜਾ ਇਹਨੂੰ ਕੁਝ ਕਿਹਾ ਤੀ 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 ਕੁਝ ਕਹਿੰਦਾ ਕਿਉਂ ਨਹੀਂ ਉਹਨਾਂ ਨੂੰ ਓਏ ਕੀ ਹਾਲ ਹੈ ਵੀਰੇ ਠੀਕ ਹੈ ਵੀਰੇ ਕਹਿੰਦੇ ਠੀਕ ਹੈ ਤੂੰ ਮੇਲ ਮਿਲਾ ਬਾਅਦ ਚੋਂ ਕਰ ਲਈ ਯਾਰ ਅਗਲੇ ਨਾਲ ਪੜ੍ਹਨੇ ਆ ਹਾਲ ਚਾਲ ਤਾਂ ਪੁੱਛਣਾ ਹੀ ਪੈਂਦਾ ਓਏ ਓਏ ਮੈਂ ਸੁਣਿਆ ਵੀ 2 ਸਾਲ ਪਹਿਲਾਂ ਕਿਸੇ ਦੇ ਮਾਂ ਪਿਓ ਦੀ ਭੇਦ ਭਰੀ ਹਾਲਤ 'ਚ ਮੌਤ ਹੋ ਗਈ ਤੀ ਮੌਤ ਹੋ ਗਈ ਤੀ ਹਾਂਜੀ ਸਟੂਡੈਂਟਸ ਏਕਮ ਨੇ ਜਿਹੜਾ ਕੁਐਸਚਨ ਪੁੱਟ ਕੀਤਾ ਸੀ ਵਟ ਡੂ ਯੂ ਮੀਨ ਬਾਈ ਟ੍ਰਾਂਜੈਕਸ਼ਨ ਇਨ DBMS ਬਈ ਹੁਣ ਕੀ ਕਰੀਏ ਉਹ ਲੱਗਦਾ ਪਲਾਨ ਬੀ ਕਰਨਾ ਪੈਣਾ ਪਲਾਨ ਬੀ ਹਾਂ ਤੂੰ ਟੈਨਸ਼ਨ ਨਾ ਲੈ ਸਭ ਠੀਕ ਹੋ ਜਾਊਗਾ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਭਾਬੀ ਡਰਨ ਦੀ ਕੋਈ ਗੱਲ ਨਹੀਂ ਮੈਂ ਹੈਗਾ ਨਾ ਭਾਬੀ ਭਰਜਾਈ ਆਪਾਂ ਚੱਲੀਏ ਕੰਟੀਨ ਤੇ ਹਾਂ ਤੁਸੀਂ ਚਲੋ ਮੈਂ ਸੁਖਮਣੀ ਨਾਲ ਉਹਦੇ ਹੋਸਟਲ ਦਾ ਪੇਪਰ ਵਰਕ ਕਰਵਾ ਕੇ ਆਉਂਦੀ ਹਾਂ ਆ ਜਾਓ ਲਾਲੀ ਬਾਈ ਚੱਲੀਏ ਫਿਰ ਤੁਸੀਂ ਚਲੋ ਮੈਨੂੰ ਤੇਜ਼ੀ ਹੋਰਾਂ ਨਾਲ ਕੰਮ ਹੈ ਥੋੜ੍ਹਾ ਜਿਹਾ ਲਾਲੀ ਨੂੰ ਚੈੱਕ ਕਰ ਇਹਦੇ ਸਾਰੇ ਫੋਨ ਫਾਨ ਜੇ ਫੜ ਲਾ ਕਿਤੇ ਆਪਣੇ ਪਲਾਨ ਬਾਰੇ ਉਹਨਾਂ ਮੁੰਡਿਆਂ ਨੂੰ ਨਾ ਦੱਸ ਦੇ ਸਾਰਾ ਦਿਨ ਨਾਲ ਹੀ ਰਹਿੰਦਾ ਉਹਨਾਂ ਦੇ ਚੱਲ ਫਿਰ ਮੈਂ ਦੇਖਦਾ ਉਹ ਕੀ ਹਾਲ ਆ ਜੂਲੀਅਨ ਦੋਸਾਂਝ ਉਹ ਭਾਜੀ ਜੂਲੀਅਨ ਦੋਸਾਂਝ ਨਹੀਂ ਜੂਲੀਅਨ ਅਸਾਂਝ ਉਹ ਚੱਲ ਜੋ ਵੀ ਹੈ ਨਾਲੇ ਤੁਸੀਂ ਆਊਟਸਾਈਡਰ ਹੋ ਕੇ ਕਾਲਜ ਕਿਵੇਂ ਆ ਗਏ ਮੈਂ ਸੁਣਿਆ ਪਿਛਲਾ ਗੇਟ ਤਾਂ ਬੰਦ ਹੁੰਦਾ ਸਾਨੂੰ ਕਦੇ ਕਿਸੇ ਨੇ ਇੱਥੇ ਰੋਕਿਆ ਨਾਲੇ ਨਾ ਤੇਰੇ ਫੋਨ 'ਚ ਚੈੱਕ ਕਰਾ ਕਿਉਂ ਉਸਤਾਦ ਨੇ ਕਿਹਾ ਸੀ ਸਿਕਿਉਰਿਟੀ ਰੀਜ਼ਨ ਕਰਕੇ ਨਾ ਯਾ ਅੱਜ ਲਈ ਇੰਨਾ ਹੀ ਬਹੁਤ ਹੈ ਸਾਰੀ ਪੱਥਰੀ ਨਹਿਲ ਗਈ ਹੋਵੇ ਮੇਰੇ ਅੱਜ ਡੋਲੇ ਫਰਕ ਰਹੇ ਆ ਮੈਂ ਤੇਜ਼ੀ ਹੁਣੀ ਰਗੜ ਦੇਣੇ ਅੱਜ ਆਹੋ ਜਿਵੇਂ ਕੱਲ ਭਲਵਾਨ ਹੁਣੀ ਰਗੜੇ ਸੀ ਉਹ ਕਮਲਿਆ ਪਰਚਾ ਪਊਗਾ 26 ਦਾ ਮੇਰੇ ਤੇ ਮੈਂ ਤੈਨੂੰ ਦੱਸ ਦਿੱਤਾ ਕਿੰਨੀ ਮਾੜੀ ਕੀਤੀ ਉਹਨਾਂ ਨੇ ਕੁੜੀ ਨਾਲ ਆ ਖੇਤੀ ਮੈਂ ਰਗੜ ਦੇਣੇ ਆ ਬਸ ਮੈਂ ਤੁਹਾਨੂੰ ਦੱਸ ਦਿੱਤਾ ਇਹ ਗੱਲ ਦੱਸ ਦਿੱਤੀ ਮੈਂ ਤੁਹਾਨੂੰ ਬਾਈ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਤੇ ਉਹਨਾਂ ਨੇ ਭੌਂਕਿਓ ਜਾਣਾ ਜਦ ਤੱਕ ਉਹਨਾਂ ਦੇ 2 ਪੈਂਦੀਆਂ ਨਹੀਂ ਨਾ ਤਦ ਤੱਕ ਉਹ ਸਿੱਧੇ ਨਹੀਂ ਹੁੰਦੇ ਬਸ ਆਪਾਂ ਉਹਨਾਂ ਨੂੰ ਮਾਰ ਨਹੀਂ ਸਕਦੇ ਜੇ ਉਹਨਾਂ ਦੇ ਮਾਰਿਆ ਤਾਂ ਸਾਨੂੰ ਕਾਲਜ ਵਾਲਿਆਂ ਨੇ ਬਾਹਰ ਕੱਢ ਕੇ ਮਾਰਨਾ ਪਰ ਬਾਈ ਐਜ਼ ਅ ਨਿਊ ਐਡਮਿਸ਼ਨ ਮੈਨੂੰ ਪਤਾ ਜੇ ਤੁਹਾਡਾ ਕਾਲਜ 'ਚ ਪਹਿਲਾ ਦਿਨ ਹੋਵੇ ਤਾਂ ਪਹਿਲੇ ਦਿਨ ਹੀ ਤੁਹਾਨੂੰ ਇੰਨਾ ਜਲੀਲ ਕੀਤਾ ਜਾਵੇ ਕਿੱਦਾਂ ਦਾ ਫੀਲ ਹੁੰਦਾ ਹੋਊਗਾ ਚੱਲ ਛੱਡ ਯਾਰ ਆਪਾਂ ਨੂੰ ਕੀ ਫਰਕ ਪੈਂਦਾ ਆਹੋ ਆਪਾਂ ਨੂੰ ਕੀ ਫਰਕ ਪੈਂਦਾ
ਚੋਰੀ ਚੋਰੀ ਅਸਾਈਨਮੈਂਟ ਬਣਾ ਲਓ, ਤੁਹਾਨੂੰ ਤਾਂ ਉਹਦਾ ਵੀ ਕੋਈ ਫਰਕ ਨਹੀਂ ਪੈਂਦਾ ਯਾਰ। ਉਹ ਛੱਡ ਲੱਗੀ ਗੁੱਸੇ ਗਿਲੇ, ਅੱਜ ਆਪਣੇ 'ਚ ਕੀਰਤ ਹੈ ਨਹੀਂ ਨਾਲ, ਆਪਾਂ ਭੂੰਡ ਆਸ਼ਕਾਂ ਵਾਂਗੂ ਕੁੜੀਆਂ ਤੱਕਦੇ ਹਾਂ। ਓਏ ਵਾਹ, ਆਹ ਗੱਲ ਕੀਤੀ ਸਿਆਣੀ। ਉਹ ਵੇਖ ਲਾਂ ਜੀ ਵਾਲੀ, ਸਿਮਰਨ ਸਾਲੇ ਆਹ ਕਿਹੜਾ ਟਾਈਮ ਆ ਸਿਮਰਨ ਕਰਨ ਦਾ। ਓਏ ਉਹ ਸਿਮਰਨ ਨਹੀਂ, ਉੱਧਰ ਵੇਖ। ਓਏ ਹੁਣ ਇੱਧਰ ਨਾ ਵੇਖਾਂ ਜੇ ਅਗਲੀ ਗੁੱਸਾ ਕਰ ਗਈ ਫਿਰ। ਓ ਯਾਰ ਉੱਧਰ ਦੇਖ। ਇਹ ਮੇਰੇ ਬਚਪਨ ਦਾ ਕ੍ਰਸ਼ ਸੀ, ਸੱਤਵੀਂ ਕਲਾਸ ਤੱਕ ਤਾਂ ਨਾਲ ਹੀ ਪੜ੍ਹੀ ਹੈ ਮੇਰੇ। ਅੱਛਾ। ਉਦੋਂ ਬਾਅਦ ਕਿਸੇ ਰੀਜ਼ਨ ਕਰਕੇ ਫੈਮਿਲੀ ਮੂਵ ਹੋ ਗਈ ਸੀ ਸ਼ਹਿਰ ਤੋਂ। ਬਾਬੇ ਕੁੜੀ ਤਾਂ ਬੰਬ ਆ, ਪਾਣੀ ਪੀ ਕੇ ਆਇਆ। ਜਾ ਸਿਮਰਨ ਜਾ, ਪੀ ਲੈ ਆਪਣੀ ਜ਼ਿੰਦਗੀ। ਉਹ ਖਾਣ ਨੂੰ ਮੰਗਾ ਲਓ ਕੁਛ। ਇਕੱਲਾ ਹੀ ਝੁਲਸੀ ਜਾਂਦਾ। ਕੈਸੇ ਹੋ? ਅਰੇ ਕਿਆ ਯਾਰ, ਸਾਰੀ ਕਾਊਂਟਿੰਗ ਬੁਲਾ ਦੀ, ਬਤਾ। ਅਰੇ ਯਾਰ ਤੇਜ਼ੀ ਆਇਆ ਤਾਂ ਤੁਹਾਡੇ ਪਾਸ, ਕਹਾਂ ਗਿਆ ਵੋ? ਅਰੇ ਮੁਝੇ ਨਹੀਂ ਪਤਾ। ਜੀ ਬਲਾਕ। ਸਿਕਿਉਰਿਟੀ ਕੰਟਰੋਲ ਰੂਮ। ਅਰੇ ਬਸ ਬਸ, ਅਬ ਤੋ ਚਾਹੇ ਬਲੈਂਕ ਚੈੱਕ ਦੇ ਦੋ, ਇਸਸੇ ਜ਼ਿਆਦਾ ਨਹੀਂ ਮੈਂ ਕੁਛ ਬਤਾ ਸਕਤਾ। ਅਰੇ ਹਾਂ ਸਰ, ਆਇਆ ਸਰ ਆਇਆ। ਇੱਥੇ ਠੀਕ ਆ, ਉੱਥੇ ਤਾਂ ਬਹੁਤ ਜ਼ਿਆਦਾ ਧੁੱਪ ਸੀ। ਸਹੀ ਗੱਲ ਆ ਭਰਾਵਾ, ਹੈਨਾ? ਕਿਹਦਾ ਫੋਨ ਆ ਗਿਆ? ਰੂਪ ਦੇ ਫੋਨ ਤੇ ਕੀਰਤ ਦਾ ਫੋਨ, ਤੇ ਹੋਰ ਕਿਹਦਾ ਆਣਾ? ਕੀਰਤ ਦਾ ਹੀ ਆਣਾ। ਪਰ ਰੂਪ ਹੈ ਕਿੱਥੇ? ਇੱਥੇ ਕਿਤੇ ਫਿਰਦਾ ਹੋਣਾ ਮੂੰਹ ਮਾਰਦਾ, ਹੋਰ ਸਾਲ ਨੂੰ ਕੰਮ ਆ ਕੋਈ? ਯਾਰ ਬਾਰ ਬਾਰ ਫੋਨ ਆ ਰਿਹਾ, ਮੈਂ ਨਾ ਰੂਪ ਨੂੰ ਫੋਨ ਫੜਾ ਕੇ ਆਇਆ, ਠੀਕ ਆ? ਉਹ ਛੇਤੀ ਆ ਜੀ, ਤੂੰ ਵੀ ਉਹ ਆ ਜੂੰਗਾ, ਤੇਰਾ ਜਿਹੜਾ ਮੇਰੇ ਤੋਂ ਬਗੈਰ ਜੀ ਨਹੀਂ ਲੱਗਦਾ। ਮੇਰੀ ਜਾਨ ਬਲਵੀਰ ਸਰ ਸੀਸੀਟੀਵੀ ਫੁਟੇਜ ਕਿਉਂ ਦੇਖ ਰਹੇ? ਤੇ ਤੁਸੀਂ ਤੇਜ਼ੀ ਐਂਡ ਕੰਪਨੀ ਤਿੰਨੇ ਚਾਰੇ ਜਣੇ ਆ ਕੇ ਮੈਨੂੰ ਦਫ਼ਤਰ 'ਚ ਮਿਲਿਓ, ਅਟੈਂਡੈਂਸ ਘੱਟ ਆ ਤੁਹਾਡੀ। ਤੇਜ਼ੀ ਹੋਣਾ ਦੀ ਅਟੈਂਡੈਂਸ ਸ਼ਾਰਟ ਕਿਵੇਂ ਹੋ ਗਈ? ਸਾਲੇ ਦੋ ਤਾਂ ਲੈਕਚਰ ਹੋਏ ਨੇ ਹਜੇ। ਤੇਜ਼ੀ ਹੋਣਾ ਦਾ ਅਨਮੋਲ ਨੁਕਸਾਉਣਾ ਅਤੇ ਫਿਰ ਉਹਦੀਆਂ ਫੋਟੋਆਂ ਖਿੱਚਣੀਆਂ। ਮੈਨੂੰ ਅਨਮੋਲ ਅੱਜ ਰੈਸਟੀਕੇਟ ਚਾਹੀਦਾ, ਮੈਂ ਆਖਰੀ ਲੈਕਚਰ ਸਿਕਿਉਰਿਟੀ ਕੰਟਰੋਲ ਰੂਮ ਚ ਹੋਊਗਾ।
ਤੁਸੀਂ ਅਨਮੋਲ ਨੂੰ ਇੰਨਾ ਕੁ ਗੁੱਸਾ ਦਿਓ ਕਿ ਉਹ ਤੁਹਾਡੇ 'ਤੇ ਹੱਥ ਚੁੱਕਣ ਲਈ ਮਜਬੂਰ ਹੋ ਜਾਵੇ। ਤੁਸੀਂ ਚਾਹੇ ਕੁਝ ਮਰਜ਼ੀ ਕਰੋ, ਤੁਹਾਨੂੰ ਕੋਈ ਕੁਛ ਨਹੀਂ ਕਹੂਗਾ। ਜਾਂ ਤਾਂ ਅੱਜ ਅਨਮੋਲ 'ਤੇ ਕੁੱਟ ਪਊਗੀ ਜਾਂ ਉਹ ਤੁਹਾਨੂੰ ਕੁੱਟੇਗਾ। ਜੇ ਉਹਨੇ ਤੁਹਾਨੂੰ ਕੁੱਟਿਆ, ਇਹ ਸਾਰੀ ਹਰਕਤ CCTV ਕੈਮਰੇ 'ਚ ਕੈਦ ਹੋ ਜੂਗੀ। ਬਸ ਫਿਰ ਅਨਮੋਲ ਨੂੰ ਰੈਸਟੀਗੇਟ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਇੰਨਾ ਹੀ ਕੰਮ ਕਰ ਦਿਓ। ਮੈਨੂੰ ਅਨਮੋਲ ਹੋਰਾਂ ਨੂੰ ਇਹਨਾਂ ਦੀ ਸਾਜਿਸ਼ ਬਾਰੇ ਦੱਸਣੀ ਪੈਣੀ। ਲੱਕੀ ਇੱਥੇ ਐਚ ਬਲੌਕ ਤੇਜੀ ਤੇ ਉਹਦੇ ਨਾਲ ਇੱਕ ਆਊਟਸਾਈਡਰ ਵੀ ਹੈ। ਬਾਬੇ ਸੁਖਤਾ ਹੈ ਇਹ ਤਾਂ ਯਾਰ ਸੁਣ ਨਹੀਂ ਹੋ ਗਿਆ। ਅਨਮੋਲ ਉਹ ਲੈ ਯਾਰ, ਹੁਣ ਕੁੱਟਾ ਨਹੀਂ ਪਊਗੀ। ਹੋਰ ਚਾਰਾ ਵੀ ਕੀ ਆਪਣੇ ਕੋਲ ਯਾਰ? ਓ ਦੇਖਣੇ ਆ।